ਬਚਿੰਦਕੌਰ ਦੀ ਕਹਾਣੀ ਹੈ ਆਹਟ ਰਾਤ ਦੇ 12 ਵੱਜ ਚੁੱਕੇ ਸਨ ਜਦੋਂ ਬਾਹਰੋਂ ਕਿਸੇ ਸਾਈਕਲ ਦੇ ਟੁੱਟੇ ਹੋਏ ਪੈਡਲਾਂ ਦੀ ਆਵਾਜ਼ ਜੀਤ ਨੂੰ ਸੁਣਾਈ ਦਿੱਤੀ ਇਹਦੇ ਨਾਲ ਹੀ ਜੀਤ ਦੇ ਚਿੰਤਾ ਚ ਧੜਕ ਰਹੇ ਦਿਲ 'ਚ ਇੱਕ ਬਿਜਲੀ ਜੀ ਦੌੜ ਗਈ ਉਹ ਸਮਝ ਗਈ ਕਿ ਉਹਦੇ ਪਤੀ ਦੇ ਆ ਗਏ ਹਨ ਹੁਣ ਆਵੜੀ ਅੱਧੀ ਰਾਤ ਕੇ ਉਹਨੇ ਮਨ ਹੀ ਮਨ ਬੁੜਬੁੜਾਉਂਦੇ ਅੰਦਰਵਾਜ਼ੇ ਦੀ ਕੁੰਡੀ ਖੋਲੀ ਉਹਦੀ ਪਰੇਸ਼ਾਨੀ ਦੀ ਹੱਦ ਨਾ ਰਹੀ ਬਾਰ ਵੇੜੇ ਚ ਤਾਂ ਕੋਈ ਵੀ ਨਹੀਂ ਸੀ ਨਾ ਸਾਈਕਲ ਨਾ ਸਾਈਕਲ ਵਾਲਾ ਜੀਤ ਨੇ ਡਰਦਿਆਂ ਡਰਦਿਆਂ ਵੇੜੇ ਤੋਂ ਬਾਹਰ ਗਲੀ ਚ ਵੇਖਿਆ ਤਾਂ ਇੱਕ ਗਊ ਵੇੜੇ ਦੀ ਕੰਧ ਉਪਰੋਂ ਸੁੱਕੀ ਹੋਈ ਤੋਰੀ ਦੀ ਵੇਲ ਨੂੰ ਖਿੱਚ ਰਹੀ ਸੀ ਇਸੇ ਵੇਲ ਦੇ ਸੁੱਕੇ ਪੱਤਿਆਂ ਦੀ ਆਵਾਜ਼ ਹੀ ਸਾਈਕਲ ਦੀ ਆਵਾਜ਼ ਲੱਗੀ ਸੀ ਜੀਤ ਇੱਕ ਅਜੀਬ ਸੋਚ ਲਈ ਅੰਦਰ ਆਈ ਤੇ ਬੱਚਿਆਂ ਵਾਲੇ ਮੰਝੇ ਤੇ ਬੈਠ ਗਈ ਜਿੱਥੇ ਗੋਗੀ ਤੇ ਰਾਜੂ ਖੂਕ ਸੁੱਤੇ ਪਏ ਸਨ ਉਨੇ ਪਾਲੀ ਪਲ ਪੋਲੇ ਪਾਲੇ ਚਿਹਰਿਆਂ ਨੂੰ ਚੁੰਮਿਆ। ਉਹਨੂੰ ਲੱਗਿਆ ਜਿਵੇਂ ਮੱਸਿਆ ਦੀ ਕਾਲੀ ਬੋਲੀ ਰਾਤ ਪੂਰਨਮਾਸ਼ੀ ਦਾ ਚਿੱਟਾ ਦੁੱਧ ਚੰਨ ਲੈ ਕੇ ਉਹਦੀ ਕੁਲੀ ਚ ਆ ਗਈ ਹੋਵੇ। ਜਿਉਂ ਹੀ ਜੀਤ ਨੇ ਗੋਗੀ ਦਾ ਗੋਰਾ-ਗੋਰਾ ਮੱਥਾ ਚੁੰਮਿਆ। ਛੱਟ ਗੋਗੀ ਜੋ ਅਜੇ 2 ਕੁ ਸਾਲ ਦੀ ਸੀ ਨੀਂਦ ਵਿੱਚ ਬੁੜਬੜਾਈ। ਚਾਈ ਤੇਲਾ ਲਾਉਂਗੀ ਤੇਲਾ ਲੈਣਾ ਕੱਚੇ ਦੇ ਚਾਈ ਗੋਗੀ ਦੇ ਨਾਂ ਸ਼ਬਦਾਂ ਨੇ ਜੀਤ ਦੇ ਦਿਲ ਨੂੰ ਪੀੜੋ-ਪੀੜ ਕਰ ਦਿੱਤਾ। ਦਿਨ ਵਾਲੀ ਗੱਲ ਰੋ ਗੋਗੀ ਨੂੰ ਅਜੇ ਤੱਕ ਭੁੱਲੀ ਨਹੀਂ ਸੀ। ਜਿਉਂ ਹੀ ਜੀਤ ਨੇ ਗੋਗੀ ਨੂੰ ਸੌਣ ਲਈ ਥਾਪੜਿਆ, ਗੋਗੀ ਦੀ ਜਾਗ ਚੰਗੀ ਤਰ੍ਹਾਂ ਖੁੱਲ ਗਈ ਤੇ ਉਹਨੇ ਕੇਲਾ ਲੈਣ ਲਈ ਜ਼ਿੱਦ ਨੂੰ ਬਾਰ-ਬਾਰ ਦੁਹਰਾਉਣਾ ਸ਼ੁਰੂ ਕਰ ਦਿੱਤਾ। ਗੋਗੀ ਬੱਚੀ ਹੁਣ ਸੌਂ ਜਾ ਰਾਤ ਵੇਲੇ ਕੇਲਾ ਖਾਣ ਨਾਲ ਢਿੱਡ ਦੁਖਣ ਲੱਗ ਜਾਂਦਾ ਹੈ। ਸਵੇਰੇ ਬਹੁਤ سارے ਕੇਲੇ ਖਾ ਲੇ। ਪਪਾ ਤੇਰੇ ਲਈ ਬਹੁਤ ਸਾਰੇ ਕੇਲੇ ਲਿਆਉਣਗੇ ਜੀਤ ਗੋਗੀ ਨੂੰ ਵਰਚਾ ਰਹੀ ਸੀ ਪਰ ਗੋਗੀ ਫੇਰ ਬੋਲ ਪਈ ਮੈਂ ਦੋ ਤੇਲੇ ਲਵਾਂਗੀ ਹਾਂ ਹਾਂ ਤੈਨੂੰ ਜ਼ਰੂਰ ਦੋ ਕੇਲੇ ਦੇਵਾਂਗੇ ਜੀਤ ਨੇ ਗੋਗੀ ਨੂੰ ਭਰੋਸਾ ਦਵਾਇਆ ਕਿਉਂਕਿ ਜੀਤ ਨੂੰ ਪਤਾ ਸੀ ਕਿ ਅੱਜ ਉਹਦੇ ਪਤੀ ਨੂੰ ਇੱਕ ਸਕੂਟਰ ਦੀ ਮੁਰੰਮਤ ਦੇ 15 ਰੁਪਏ ਮਿਲਨੇ ਸਨ ਵਿੱਚੋਂ 6 ਰੁਪਏ ਦਾ ਇੱਕ ਹਫ਼ਤੇ ਦਾ ਰਾਸ਼ਨ 2.5 ਰੁਪਏ ਦਾ ਰਾਜੂ ਦੀ ਸਕੂਲ ਬਰੈਸ ਦਾ ਨੀਲੇ ਰੰਗ ਦਾ ਕਪੜਾ ਲਈ ਪਰ ਸਵੈਟਰ ਦੀ ਉਨਵੀ ਲੈਣੀ ਸੀ ਰਾਜੂ ਰੋਜ਼ ਐਨੀ ਠੰਡ ਚ ਬਿਨਾ ਸਵੈਟਰ ਤੋਂ ਸਕੂਲ ਜਾਂਦਾ ਸੀ ਕੁਝ ਵੀ ਹੋਵੇ ਰਾਜੂ ਗੋਗੀ ਲਈ ਇੱਕ ਦਰਜਨ ਕੇਲੇ ਇਹਨਾਂ ਪੈਸਿਆਂ ਵਿੱਚੋਂ ਉਹ ਜ਼ਰੂਰ ਲਿਆ ਕੇ ਦੇਗੀ ਨਹੀਂ ਤਾਂ ਗੋਗੀ ਸਾਰਾ ਦਿਨ ਫਿਰ ਸਿਰ ਖਾਂਦੀ ਰਹੂ ਇੱਕ ਵਾਰੀ ਕਿਸੇ ਚੀਜ਼ ਲਈ ਜਿੱਦੇ ਪੈ ਜਾਏ ਤਾਂ ਭੁੱਲਦੀ ਥੋੜਾ ਸੀ ਗੱਲ ਗੋਗੀ ਹੁਣ ਸੌਂ ਗਈ ਸੀ ਪਰ ਜੀਤ ਜਿਉਂ ਦੀ ਤਿਉਂ ਆਪਣੇ ਪਤੀ ਦੀ ਦੇਰ ਨਾ ਲਾਉਣ ਦੀ ਚਿੰਤਾ ਚ ਵਿਚੇਨ ਬੈਠੀ ਸੀ ਉਹਨੇ ਕਈ ਵਾਰ ਨੀਨੀ ਦੇ ਘਰ ਜਾਣ ਬਾਰੇ ਸੋਚਿਆ ਕਿ ਨੀਨੀ ਦਾ ਪਾਪਾ ਗੋਗੀ ਦੇ ਪਾਪੇ ਦੀ ਕਿਦਰੇ ਪਾਲ ਕਰੇ ਪਰ ਉਹਨੂੰ ਝਾਟੀ ਦੂਜਾ ਖਿਆਲ ਆ ਜਾਂਦਾ ਨਹੀਂ ਨਹੀਂ ਐਸਾ ਕਰਨ ਨਾਲ ਜੇ ਕਿਦਰੇ ਨੀਨੀ ਦੇ ਪਾਪੇ ਨੂੰ ਪਤਾ ਲੱਗ ਗਿਆ ਕਿ ਗੋਗੀ ਦਾ ਪਾਪਾ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਤਾਂ ਖਾਮ ਖਾਮ ਹੱਲੇ ਚ ਰੌਲਾ ਪੈ ਜਾਉ ਨਾਲੇ ਵਾਧੂ ਦੀ ਬੇਇੱਜ਼ਤੀ ਹੋ ਗੋਗੀ ਦੇ ਪਾਪੇ ਦੀ ਲੋਕੀ ਕੀ ਕਹਿਣਗੇ ਘਰ 'ਚ ਰਾشن ਲਈ ਪੈਸੇ ਨਹੀਂ ਹੁੰਦੇ ਤੇ ਸ਼ਰਾਬ ਪੀਣ ਲਈ ਰੋਜ਼ ਬੋਤਲ ਚਾਹੀਦੀ ਐ ਸੱਚ ਮੁੱਚ ਜੇ ਘਰ 'ਚ ਅੱਜ 4 ਰੁਪਏ ਵੀ ਹੁੰਦੇ ਤਾਂ ਜੀਤ ਰਾشن ਦਾ ਆਟਾ ਤਾਂ ਜ਼ਰੂਰ ਲੈ ਆਉਂਦੀ ਚੀਨੀ ਭਾਵੇਂ ਛੱਡ ਦਿੰਦੀ ਢਿੱਡ ਦੀ ਅੱਗ ਬੁਝਾਣ ਲਈ ਆਟਾ ਪਹਿਲੀ ਚੀਜ਼ ਸੀ ਇਸ ਘਰ 'ਚ ਸੋਚਾਂ ਹੀ ਸੋਚਾਂ ਚ ਉਹਦੀ ਨਿਗਾਹ ਸਾਹਮਣੇ ਪਈ ਪੁਰਾਣੀ ਜੀ ਘੜੀ ਤੇ ਪਈ ਜਿਹਦੀ ਟਿਕ ਟਿਕ ਜੀਤ ਦੇ ਡਰ ਨਾਲ ਸਹਿਮੇ ਦਿਲ ਦੀ ਧੜਕਣ ਦਾ ਸਾਥ ਦੇ ਰਹੀ ਸੀ ਹੁਣ ਤਾਂ ਦੋ ਬੱਚਣ ਲੱਗੇ ਹਨ ਕੀ ਕਰਾਂ ਪਪੂ ਦੀ ਬੀਬੀ ਨੂੰ ਜਗਾਵਾ ਜਾ ਕੇ ਸ਼ਾਇਦ ਉਹਦਾ ਆਦਮੀ ਦੁਕਾਨ ਤੱਕ ਜਾਵੇ ਉੱਠ ਕੇ ਦਰਵਾਜ਼ੇ 'ਤੇ ਵਧੀ ਸੀ ਕਿ ਉਹਨੂੰ ਕਿਸੇ ਦੇ ਪੈਰਾਂ ਦੀ ਚਾਪ ਸੁਣਾਈ ਦਿੱਤੀ ਹੁਣ ਜ਼ਰੂਰ ਗੋਗੀ ਦੇ ਪਾਪਾ ਹੀ ਹੋਣਗੇ ਪਰ ਉਹਨਾਂ ਦੀਆਂ ਟੁੱਟੀਆਂ ਰਬੜ ਦੀਆਂ ਚਪਲਾਂ ਦੀ ਠੱਪ ਠੱਪ ਦੀ ਆਵਾਜ਼ ਤਾਂ ਲੱਗ ਗਈ ਹੁੰਦੀ ਹੈ ਫਿਰ ਵੀ ਉਹਨੇ ਦਰਵਾਜ਼ਾ ਖੋਲ ਕੇ ਬਾਹਰ ਤੱਕਿਆ ਪਰ ਉੱਥੇ ਤਾਂ ਮੱਸੀਆ ਦੀ ਕੌਲੀ ਬੋਲੀ ਰਾਤ ਦੀ ਸ਼ਾਂ ਸ਼ਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਪਰ ਹੁਣੇ ਗਲੀ ਚ ਕੋਈ ਲੰਘਿਆ ਜ਼ਰੂਰ ਸੀ ਉਹਨੇ ਹਨੇਰੇ ਚ ਕਿਸੇ ਪਰਛਾਈ ਨੂੰ ਢੂੰਡਣ ਦੀ ਕੋਸ਼ਿਸ਼ ਕੀਤੀ ਸ਼ਾਇਦ ਕੋਈ ਗਵਾਂਢੀ ਉਹਦੀ ਚਿੰਤਾ ਚ ਫਸੀ ਜਾਨ ਦਾ ਕੋਈ ਉਪਾਅ ਕਰ ਸਕੇ ਐਨੇ ਚ ਉਹਨੂੰ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ ਉਹ ਡਰ ਨਾਲ ਭੱਜ ਕੇ ਅੰਦਰ ਆ ਗਈ ਦੇਖਿਆ ਤਾਂ ਬਿੱਲੀ ਨੇ ਆ ਕੇ ਦੁੱਧ ਵਾਲੀ ਪਤਲੀ ਦਾ ਟੱਕਣ ਤਾਰ ਕੇ ਪਤਲੀ ਮੁੱਢੀ ਕਰਦੀ ਸੀ ਜਿਸਟ ਰਾਜੂ ਦੀ ਚਾਲੀ ਛਟਾਂਕ ਕੁ ਦੁੱਧ ਪਿਆ ਸੀ ਜੀ ਇਤਨੇ ਬਿੱਲੀ ਦੇ ਬਾਹਰ ਨਿਕਲਣ ਨਾਲ ਹੀ ਡਰਦਿਆਂ ਕੁੰਡੀ ਲਾ ਲਈ ਤੇ ਫਿਰ ਸੋਚਾਂ ਦੇ ਸਮੁੰਦਰ ਚ ਟੁੱਬੀਆਂ ਲਾਉਣ ਲੱਗ ਪਈ ਉਹਨੂੰ ਨੀਂਦ ਵੀ ਤਾਂ ਨਹੀਂ ਸੀ ਆ ਰਹੀ ਉਹਨੂੰ ਲੱਗਿਆ ਨੀਂਦ ਤੇ ਰਾਜੂ ਦੇ ਪਾਪਾ ਦੋਵੇਂ ਅੱਜ ਉਸ ਨਾਲ ਰੁੱਸ ਗਏ ਹਨ ਫਰਕਿਉ ਮੈਂ ਤਾਂ ਅੱਗੇ ਵੀ ਕਦੇ ਦੇਰ ਨਾਲ ਆਉਣ ਤੇ ਉਹਨਾਂ ਨੂੰ ਨਹੀਂ ਪੁੱਛਿਆ ਵੀ ਦੇਰ ਨਾਲ ਕਿਉਂ ਆਇਓ ਕਿੱਥੋਂ ਆਇਓ ਜੇ ਕਰ ਇਹ ਗੱਲ ਪੁੱਛ ਲਈ ਤਾਂ ਘਰ ਚ ਅਸ਼ਾਂਤੀ ਫੈਲ ਜਾਏਗੀ ਤੇ ਪਿੱਛੋਂ ਇੱਕ ਚੁੱਪਚਾਹ ਚਫੇਰੇ ਛਾ ਜਾਏਗੀ ਫੇਰੇ ਕਿਸੇ ਗ੍ਰਸਤੀ ਦਾ ਘਰ ਨਾ ਹੋ ਕੇ ਕਿਸੇ ਜੰਗਲੀ ਦੀ ਜੰਗਲ ਚ ਸਰਾਪੀ ਹੋਈ ਕੁਟਿਆ ਬਣ ਜਾਏਗੀ ਨਹੀਂ ਨਹੀਂ ਮੈਂ ਉਹਨਾਂ ਕੋਲੋਂ ਕੁਝ ਨਹੀਂ ਪੁੱਛਾਂਗੀ ਪਰ ਉਹ ਆ ਤਾਂ ਜਾਣ ਖਬਰੇ ਰਸਤੇ ਚ ਕਿਦਰੇ ਕੋਈ ਹੋ ਗਿਆ ਹੋਵੇ ਨਹੀਂ ਨਹੀਂ ਐਸਾ ਨਹੀਂ ਹੋ ਸਕਦਾ ਕਰਵਾ ਚੌਥ ਵਾਲੇ ਦਿਨ ਮੈਂ ਹਮੇਸ਼ਾ ਦੇਵੀ ਮਾਤਾ ਕੋਲੋਂ ਇਹੀ ਮੰਗਦੀ ਆ ਕਿ ਮੇਰੀ ਉਮਰ ਇਹਨਾਂ ਨੂੰ ਲੱਗ ਜਾਏ ਪੂਰੇ 100 ਬਰੇ ਦੀ ਉਮਰ ਹੋਵੇ ਇਹਨਾਂ ਦੀ ਉਹਨੇ ਅੱਜ ਵੀ ਮਾਨੀ ਮਨ ਮਾਤਾ ਦੀ ਸੁਖ ਮੰਨੀ ਉਠੇ ਠਾਕਾ ਰਾਜਣ ਮੈਂ ਚੁੰਨੀ ਚੜਾਵਾਂ ਮਾਤਾ ਦੇ ਦਰਬਾਰ ਬਸ ਸੁਖ ਸੁੱਖਣ ਦੀ ਦੇਰ ਸੀ ਜੀਤ ਨੂੰ ਸੱਚੀ ਮੁੱਚੀ ਦਰਵਾਜ਼ੇ ਤੇ ਠਕ ਠਕ ਦੀ ਆਵਾਜ਼ ਸੁਣਾਈ ਦਿੱਤੀ ਚਲੋ ਦੇਰ ਆਏ ਦਰਸਤ ਆਏ ਉੱਠਦੇ ਆ ਉੱਠਦੇ ਅੰਦਰਵਾਜ਼ੇ ਉੱਪਰ ਠਕ ਠਕ ਹੋਰ ਤੇਜ਼ ਹੋ ਗਈ ਜੀਤ ਨੇ ਕੰਬਦੇ ਹੱਥਾਂ ਨਾਲ ਕੁੰਡੀ ਖੋਲੀ ਦੋਵੇਂ ਦਰਵਾਜ਼ੇ ਅੱਛੀ ਤਰ੍ਹਾਂ ਖੋਲਣ ਤੇ ਵੀ ਗੋਗੀ ਦੇ ਪਾਪਾ ਅੰਦਰ ਨਹੀਂ ਲੰਗੇ ਨਾ ਹੀ ਕੋਈ ਆਵਾਜ਼ ਫੇਰ ਸੁਣਾਈ ਦਿੱਤੀ ਉਹਨੇ ਬਾਹਰ ਹਨੇਰੇ 'ਚ ਹਿੰਮਤ ਕਰਕੇ ਦੀਲੀ ਜਲਾਈ ਸਾਰੀ ਥੀਲੀ ਜਲ ਗਈ ਪਰ ਬਾਹਰ ਤਾਂ ਕੋਈ ਵੀ ਨਹੀਂ ਸੀ ਜੀਤ ਨੂੰ ਕੰਬਣੀ ਛਿੜ ਗਈ ਡਰ ਨਾਲ ਉਹਦੀਆਂ ਲੱਤਾਂ ਕੰਬਣ ਲੱਗ ਪੀਆਂ ਬਾਹਰ ਵਿਹੜੇ 'ਚ ਜਾਣਾ ਉਹਨੂੰ ਮੁਹਾਲ ਲੱਗ ਰਿਹਾ ਸੀ ਜੀਤ ਨੇ ਫੇਰ ਹਿੰਮਤ ਕਰਕੇ ਦੂਜੀ ਥੀਲੀ ਜਲਾਈ ਮਨ ਹੀ ਮਨ ਰਾਮ ਰਾਮ ਕਰਦੀ ਉਹ ਵਿਹੜੇ 'ਚ ਆ ਗਈ ਹੁਣ ਫੇਰ ਠਕ ਠਕ ਦੀ ਆਵਾਜ਼ ਉਹਨੂੰ ਸੁਣਾਈ ਦੇ ਰਹੀ ਸੀ ਉਹਨੇ ਡਰਦਿਆਂ ਡਰਦਿਆਂ ਅੱਗੇ ਵੱਧ ਕੇ ਦੇਖਿਆ ਕਿ ਕਾਲਾ ਕੁੱਤਾ ਰਾਜੂ ਲਈ ਛਾਂਬੂਰ ਦੇ ਬਣਾਏ ਦਲੀਏ ਦੀ ਝੂਠੀ ਸਿਲਵਰ ਦੀ ਤਸ਼ਤਰੀ ਚੱਟ ਰਿਹਾ ਸੀ ਇਸੇ ਖਾਲੀ ਤਸ਼ਤਰੀ ਦੇ ਘੜੀ-ਘੜੀ ਚੱਟਣ ਵਾਲੀ ਠਕ-ਠਕ ਦੀ ਆਵਾਜ਼ ਸੁਣਾਈ ਦੇ ਰਹੀ ਸੀ ਜੋ ਜੀਤ ਨੂੰ ਦਰਵਾਜ਼ੇ ਤੇ ਹੁੰਦੀ دستਕ ਵਰਗੀ ਲੱਗੀ ਸੀ ਜੀਤ ਕੁੱਤੇ ਨੂੰ ਵੇੜੇ ਚੋਂ ਬਾਹਰ ਕੱਢ ਦੁਬਾਰਾ ਅੰਦਰ ਆ ਕੇ ਰਾਜੂ ਗੋਗੀ ਦੇ ਮੰਜੇ ਦੀਆਂ ਪੈਂਦਾ ਉੱਤੇ ਰਜਾਈ ਦਾ ਪੱਲਾ ਲੈ ਕੇ ਬੈਠ ਗਈ ਰੱਬ ਖੈਰ ਕਰੇ ਐਨੀ ਦੇਰ ਤੋਂ ਉਹਨਾਂ ਨੇ ਅੱਗੇ ਕਦੇ ਨਹੀਂ ਸੀ ਕੀਤੀ ਜੇ ਖੇਲ ਦੇਖਣ ਜਾਂਦੇ ਐ ਤਾਂ ਵੀ 1-2 ਵਜੇ ਤੱਕ ਤਾਂ ਘਰ ਪਹੁੰਚ ਹੀ ਜਾਂਦੇ ਨੇ ਉਮਨੀ ਮਨੱਖਾ ਮੀਠ ਪਰਮਾਤਮਾ ਦਾ ਧਿਆਨ ਕਰਨ ਲੱਗੀ ਪਰ ਉਹਦਾ ਧਿਆਨ ਤਾਂ ਸੜਕਾਂ ਉੱਪਰ ਆਪਣੇ ਪਤੀ ਨੂੰ ਢੂੰਡਣ ਵਾਸਤੇ ਨਿਕਲ ਤੁਰਿਆ ਸੀ ਉਹਨੇ ਝਟ ਅੱਖਾਂ ਖੋਲੀਆਂ ਦੇਖਿਆ ਸਾਹਮਣੇ ਹੁਣ ਤੱਕ ਜਲ ਰਹੀ ਲਾਲਟੇਨ ਦੀ ਰੌਸ਼ਨੀ ਮੱਧਮ ਪੈਂਦੀ ਜਾ ਰਹੀ ਸੀ ਜੀਤ ਨੂੰ ਇਹਦਾ ਕਾਰਨ ਸਮਝਣ 'ਚ ਕੋਈ ਅਚੰਭਾ ਨਾ ਹੋਇਆ ਗਵੰਡਨ ਕੋਲੋਂ ਮੰਗਿਆ ਮਿੱਟੀ ਦਾ ਥੋੜਾ ਜਿਹਾ ਤੇਲ ਹੁਣ ਜੀਤ ਦਾ ਸਾਥ ਦੇਣ ਤੋਂ ਨਾ ਕਰ ਰਿਹਾ ਸੀ ਇਸ ਲਈ ਬਿਨਾ ਤੇਲ ਤੋਂ ਜਲਦੀ ਬੱਤੀ ਨੂੰ ਬੁਝਾ ਮਾਚਸ ਸਰਾਣੇ ਰੱਖੋ ਆਪ ਵੀ ਹੌਲੀ ਜੀ ਬੱਚਿਆਂ ਦੇ ਪੈਰਾਂ 'ਚ ਟੇਢੀ ਹੋ ਗਈ। ਮੰਜੇ ਤੇ ਪਿੱਠ ਲਾਉਣ ਦੀ ਢਿੱਲ ਸੀ ਕਿ ਉਹਨੂੰ ਨੀਂਦ ਆ ਗਈ। ਸੁਪਨੇ 'ਚ ਉਹਨੇ ਦੇਖਿਆ ਉਹਦੇ ਪਤੀ ਦੇਵ ਆ ਗਏ ਸੀ। ਆਉਂਦੇ ਹੀ ਉਹਨਾਂ ਨੇ ਜੀਤ ਨੂੰ ਪਿਆਰ ਭਰੇ ਸ਼ਬਦਾਂ 'ਚ ਪੁੱਛਿਆ। ਜੀਤ ਤੂੰ ਅਜੇ ਸੁੱਤੀ ਨਹੀਂ ਐਨੀ ਰਾਤ ਲੰਘ ਗਈ। ਮੇਰੀ ਉਡੀਕ ਨਾ ਕਰਿਆ ਕਰ ਤੂੰ ਸੌਂ ਜਾਇਆ ਕਰ ਆਰਾਮ ਨਾਲ। ਇਹਨਾਂ ਪਿਆਰ ਭਰੇ ਸ਼ਬਦਾਂ ਦੀ ਆਵਾਜ਼ ਨਾਲ ਹੀ ਉਹਦੇ ਅੱਖ ਖੁੱਲ ਗਈ। ਉਨੇ ਉੱਠ ਕੇ ਦੇਖਿਆ ਪੱਪੂ ਦੇ ਪਾਪੇ ਦਾ ਬਿਸਤਰਾ ਤਾਂ ਖਾਲੀ ਪਿਆ ਸੀ। ਉਹਨੇ ਕੋਲ ਪਏ ਪੱਪੂ ਉੱਪਰ ਆਪਣੇ ਵੱਲੋਂ ਖਿੱਚ ਕੇ ਰਜਾਈ ਦਾ ਪੂਰਾ ਪੱਲਾ ਕਰ ਦਿੱਤਾ। ਦੂਰ ਕਿਧਰੋਂ ਮੁਰਗੇ ਦੀ ਪਹਿਲੀ ਬਾਗ ਉਹਨੂੰ ਸੁਣਾਈ ਦਿੱਤੀ। ਹੁਣ ਸਵੇਰਾ ਹੋਣ ਹੀ ਵਾਲਾ ਸੀ। ਉਹਨੇ ਖਾਲੀ ਬਿਸਤਰੇ ਨੂੰ ਲਪੇਟ ਮੰਜਾ ਖੜਾ ਕਰਤਾ। ਬਾਹਰੋਂ ਕੁੰਡੀ ਮਾਰ ਕੇ ਚੁੱਕੇ ਜੇ ਨੀਨੀ ਦੇ ਬੀਬੀ ਦੇ ਘਰ ਵੱਲੋਂ ਹੋਤਰੀ। ਤੇ ਜਿਸ ਦੁਕਾਨ ਤੇ ਨੀਨੀ ਦਾ ਪਾਪਾ ਸਕੂਟਰ ਸਾਈਕਲ ਠੀਕ ਕਰਦਾ ਸੀ। ਪੱਪੂ ਦੇ ਪਾਪੇ ਦੇ ਮਾਲਕ ਦੀ ਦੁਕਾਨ ਵੀ ਉਹਦੇ ਨਾਲ ਹੀ ਸੀ। ਨੀਨੀ ਦੇ ਪਾਪੇ ਤੋਂ ਗੋਗੀ ਦੇ ਪਾਪੇ ਦਾ ਜ਼ਰੂਰ ਕੁਝ ਨਾ ਕੁਝ ਪਤਾ ਲੱਗ ਜਾਏਗਾ ਜੀਤ ਮਾਨੀ ਮਨ ਪਰਮਾਤਮਾ ਅੱਗੇ ਬੇਨਤੀ ਕਰਦੀ ਹੋਈ ਨੀਨੀ ਦੀ ਬੀਬੀ ਦੇ ਘਰ ਵੱਲ ਵੱਧਦੀ ਜਾ ਰਹੀ ਸੀ ਏ ਭਗਵਾਨ ਸੁੱਖ ਰੱਖੀ ਸੁੱਖ ਦਾ ਦਿਨ ਚੜਾਈ ਮੇਰੇ ਸੁਹਾਗ ਦੀ ਇਲਾਜ ਰੱਖੀ ਤੇਰੇ ਬਿਨਾ ਮੇਰਾ ਹੋਰ ਕੋਈ ਸਹਾਈ ਨਹੀਂ ਮੂੰਹ ਨੇਰੇ ਚ ਦੂਰ ਉਹ ਨੀਨੀ ਦੀ ਬੀਬੀ ਉਹਨੂੰ ਆਪਣੇ ਵਾਲੀ ਆਉਂਦੀ ਦਿਖਾਈ ਦਿੰਦੀ ਉਹਦੇ ਚਿਹਰੇ ਤੇ ਵੀ ਮੁਰਦਨੀ ਜੀ ਛਾਈ ਲੱਗਦੀ ਸੀ ਨਾਲ ਹੀ ਕੁਝ ਗੁੱਸੇ ਦੇ ਚਿੰਨਾਂ ਦੀ ਪਰਛਾਈ ਵੀ ਨਜ਼ਰ ਆਉਂਦੀ ਸੀ ਉਦੇ ਕੋਲ ਆਉਣੇ ਜੀਤਨੇ ਕਿਆ ਭੈਣ ਪੱਪੂ ਦਾ ਪਾਪਾ ਘਰ ਨਹੀਂ ਆਇਆ ਸਾਰੀ ਰਾਤ ਮੇਰੀ ਤਾਂ ਚਿੰਤਾ ਚ ਜਾਨ ਸੁੱਕੀ ਪਈ ਐ ਬਿੜਕਾਂ ਭੰਨਦੇ ਆ ਗੁਜ਼ਰੀ ਐ ਸਾਰੀ ਰਾਤ ਤੂੰ ਜਰਾ ਨੀਨੀ ਦੇ ਪਾਪੇ ਨੂੰ ਦੁਕਾਨ ਤੱਕ ਭੇਜ ਕੇ ਪਤਾ ਕਰਵਾ ਦੇ ਇੰਨੀ ਦਿੱਲੀ ਐ ਮੋਟਰਾਂ ਟਰੱਕਾਂ ਵਾਲੇ ਅੰਨੇ ਵਾ ਚਲਾਉਂਦੇ ਨੇ ਕਿਦਰੇ ਕੋਈ ਤਾਨਾ ਹੋ ਗਿਆ ਹੋਵੇ ਨੀ ਉਹ ਟੁੱਟ ਜਾਣਾ ਕਿਹੜਾ ਘਰ ਵੜਿਆ ਸਾਰੀ ਰਾਤ ਫਿਕਰ ਚ ਤਰਲੋ ਮੱਛੀ ਹੁੰਦੀ ਰਹੀਆਂ ਹੁਣ ਤੜਕੇ ਸਾਰ ਚੰਦ ਕੋਲ ਪੁੱਛਣ ਗਈ ਸੀ ਉਥੋਂ ਪਤਾ ਕਰਕੇ ਆ ਰਹੀਆਂ ਦੋਵੇਂ ਰਾਤ ਦੇ ਉੱਥੇ ਮਰਦੇ ਨੇ ਚੰਡਾਲ ਚੌਂਕੜੀ 'ਚ ਹੈ ਭੋਰਾ ਪਰਵਾਹ ਨਿਆਣਿਆਂ ਦੀ ਇਹਨਾਂ ਨੂੰ ਤੂੰ ਐਵੇਂ ਨਾ ਤੜਫਿਆ ਕਰ ਬਹੁਤਾ ਨਹੀਂ ਸਾਡੇ ਕਿਹੜਾ ਹੱਥ ਟੁੱਟੇ ਹੋਏ ਨੇ ਆਪਣੇ ਜੋਗਾ ਤਾਂ ਕਮਾ ਸਕਦੀਆਂ ਨਾ ਜੋਸ਼ ਭਰੇ ਸ਼ਬਦਾਂ 'ਚ ਕਚੀਚੀ ਵੱਟਦੀ ਹੋਈ ਨੀਨੀ ਦੀ ਬੀਬੀ ਵਿਦਰੋਹੀ ਹੁੰਦੀ ਜਾ ਰਹੀ ਸੀ ਤੇ ਜੀਤ ਬਿੱਟ ਬਿੱਟੋ ਦੇ ਮੂਹਲ ਤੱਕ ਰਹੀ ਸੀ ਪਰ ਹੁਣ ਜੀਵਨ ਜਿਉਣ ਲਈ ਨਵੇਂ ਕਦਮਾਂ ਦੀ ਆਹਟ ਉਹਨੂੰ ਸੁਣਾਈ ਦੇ ਗਈ ਸੀ 但我。